आ मोहाली सैक्टर 78 स्टेडियम के बाहर दी तस्वीरां ने जिथे आम आदमी पार्टी वालों इस बार भी जिहड़े अपने तंबू फेर गड़ दिते ने। तंबू लाउण दी क्यों जरूरत पई आ, कोई खालसा है कि ईवीएम दे छेड़छाड़ हो सकदी आ, किन्ने क बंदे इत्थे रोजाना बैठणगे, ते किसे होर को कोई होर पार्टी दा इत्थे कल तक देखिया नहीं कोई तंबू के, सिर्फ आम आदमी पार्टी दा दिखिया। ਤਾਂ ਜਿਹੜੀ ਪਾਰਟੀ ਮਰਜ਼ੀ ਆ ਜਾਵੇ, ਅਸੀਂ ਤਾਂ ਬੈਠੇ ਹੀ ਹਾਂ, ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਕਰ ਲੈਣੇ, ਤਾਂ ਆਪਣਾ ਅਲੱਗ ਲੱਗ। ਦੋ ਹਜ਼ਾਰ 2017 ਦੇ ਵਿੱਚ ਇਹ ਵੀ ਵੱਡਾ ਇੱਕ ਐਲੀਗੇਸ਼ਨ ਲੱਗਿਆ ਸੀ ਕਿ ਸਰਕਾਰ ਆ ਜਿਹੜੀ ਕਾਂਗਰਸ ਦੀ ਬਣ ਗਈ, ਸਾਡੀ ਈਵੀਐਮ ਦੀ ਰਾਖੀ ਤਾਂ ਕਹਿੰਦੇ ਆਮ ਆਦਮੀ ਪਾਰਟੀ ਕਰਦੀ ਰਹੀ ਆ, ਅਤੇ ਇਸ ਵਾਰ ਵੀ ਕਿਤੇ ਇਸ ਤਰ੍ਹਾਂ ਦਾ ਕੋਈ ਮਾਹੌਲ ਨਾ ਬਣ ਜਾਵੇ। ਪੰਜਾਬ ਵਿਧਾਨ ਸਭਾ ਚੋਣਾਂ ਦਾ ਦੌਰ ਆ ਜਿਹੜਾ ਸਮਾਪਤ ਹੋ ਗਿਆ, ਅਤੇ ਉਮੀਦਵਾਰਾਂ ਦੀ ਕਿਸਮਤ ਆ ਜਿਹੜੀ ਉਹ ਈਵੀਐਮ ਦੇ ਵਿੱਚ ਕੈਦਾ, ਅਤੇ ਮੋਹਾਲੀ ਦੇ ਵਿੱਚ ਤਿੰਨੇ ਵਿਧਾਨ ਸਭਾ ਹਲਕਿਆਂ ਦੀਆਂ ਈਵੀਐਮ ਮਸ਼ੀਨਾਂ ਲਈ ਜਿਹੜਾ ਮੋਹਾਲੀ ਸੈਕਟਰ 78 ਦੇ ਵਿੱਚ ਸਟਰੋਂਗ ਰੂਮ ਬਣਾਇਆ ਗਿਆ, ਉੱਥੇ ਜਿਹੜੀਆਂ ਮਸ਼ੀਨਾਂ ਰੱਖੀਆਂ ਗਈਆਂ ਨੇ, ਜਿੱਥੇ ਪੂਰੀ ਤਰ੍ਹਾਂ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਨੇ। ਪਰ ਇਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੱਲੋਂ ਆਪਣੇ ਬਾਹਰ ਪੱਕੇ ਟੈਂਟ ਵੀ ਲਗਾ ਦਿੱਤੇ ਨੇ, ਕਿਉਂਕਿ 2017 ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਤਾਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਖਾਲਸਾ ਪ੍ਰਗਟ ਕੀਤਾ ਸੀ ਕਿ ਈਵੀਐਮ ਦੇ ਵਿੱਚ ਛੇੜਛਾੜ ਹੋ ਸਕਦੀ ਆ, ਅਤੇ ਉਹਨਾਂ ਨੇ ਪੂਰੀ ਤਰ੍ਹਾਂ ਜਿਹੜੀ ਈਵੀਐਮ ਦੀ 2017 ਦੇ ਵਿੱਚ ਵੀ ਰਾਖੀ ਕੀਤੀ ਸੀ। ਪਰ ਤੁਹਾਨੂੰ ਹੁਣ ਦੁਬਾਰਾ ਫਿਰ ਨਵੀਆਂ ਤਸਵੀਰਾਂ ਦਿਖਾਉਂਦੇ ਹਾਂ ਕਿ ਆ ਮੋਹਾਲੀ ਸੈਕਟਰ 78 ਸਟੇਡੀਅਮ ਦੇ ਬਾਹਰ ਦੀਆਂ ਤਸਵੀਰਾਂ ਨੇ, ਜਿੱਥੇ ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਵੀ ਜਿਹੜੇ ਆਪਣੇ ਤੰਬੂ ਫੇਰ ਗੱਡ ਦਿੱਤੇ ਨੇ। ਅਤੇ ਫਿਲਹਾਲ ਬੇਸ਼ੱਕ ਹੋਰਨਾਂ ਪਾਰਟੀਆਂ ਦਾ ਕਿਸੇ ਦਾ ਇੱਥੇ ਕੋਈ ਤਰ੍ਹਾਂ ਦਾ ਤੰਬੂ ਜਿਹੜਾ ਦਿਖਾਈ ਨਹੀਂ ਦਿੰਦਾ, ਹੋਰ ਜਿਹੜੇ ਉਮੀਦਵਾਰ ਨੇ ਉਹਨਾਂ ਵੱਲੋਂ ਵੀ ਜਿਹੜਾ ਕਿਸੇ ਦਾ ਕੋਈ ਖਾਸਾ ਪ੍ਰਗਟ ਨਹੀਂ ਕੀਤਾ ਗਿਆ। ਬੇਸ਼ੱਕ ਕਿਸੇ ਤਰ੍ਹਾਂ ਦੀ ਕੋਈ ਸੰਭਾਵਨਾ ਤਾਂ ਹੈ ਨਹੀਂ ਗਾ ਵੀ ਛੇੜਛਾੜ ਕੀਤੀ ਜਾ ਸਕਦੀ ਆ, ਪਰ ਇਹ ਕਹਿੰਦੇ ਸਾਨੂੰ ਜਿਹੜਾ ਪਾਰਟੀ ਵੱਲੋਂ ਹਦਾਇਤਾਂ ਨੇ ਕਿ ਇੱਥੇ ਜਿਹੜਾ ਆਪਣੇ ਜਿਹੜਾ ਕੈਂਡੀਡੇਟ ਜਿਹੜੇ ਹੋਰ ਸਮਰਥਕ ਨੇ ਉਹ ਇੱਥੇ ਆ ਕੇ ਬੈਠਣ, ਕਿਉਂਕਿ ਇੱਥੇ ਜਿੰਨਾ ਚਿਰ 10 ਤਰੀਕ ਤੱਕ ਰਿਜ਼ਲਟ ਨਹੀਂ ਆਉਂਦਾ ਉਦੋਂ ਤੱਕ ਉਹ ਇੱਥੇ ਤੰਬੂ ਲਗਾ ਕੇ ਜ਼ਰੂਰ ਬੈਠਣਗੇ। ਸਾਡੇ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਕਵਿੰਦਰ ਗੋਸਲ ਜੀ। ਗੋਸਲ ਸਾਹਿਬ, ਤੰਬੂ ਲਾਉਣ ਦੀ ਕਿਉਂ ਜ਼ਰੂਰਤ ਪਈ ਆ, ਕੋਈ ਖਾਲਸਾ ਹੈ ਕਿ ਈਵੀਐਮ ਦੇ ਛੇੜਛਾੜ ਹੋ ਸਕਦੀ ਹੈ? ਥੋੜ੍ਹਾ ਜਿਹਾ ਮਨ ਦੀ ਤਸੱਲੀ ਲਈ ਲਾਇਆ ਇਹ ਤਾਂ ਸਰਕਾਰ ਵੱਲੋਂ ਇਲੈਕਸ਼ਨ ਕਮਿਸ਼ਨਰ ਹਰੇਕ ਪਾਰਟੀ ਨੂੰ ਅਲਾਓ ਕੀਤਾ ਗਿਆ ਕਿ ਹਾਂ ਵੀ ਤੁਸੀਂ ਆਪਣੇ ਖਰਚੇ 'ਤੇ ਆਪਣੀ ਮਰਜ਼ੀ ਨਾਲ ਟੈਂਟ ਲਾਉਣਾ ਲਾ ਸਕਦੇ, ਬੈਠਣਾ ਬੈਠ ਸਕਦੇ, ਨਹੀਂ ਤਾਂ ਕੋਈ ਮਜ਼ਬੂਰੀ ਨਹੀਂ ਕਿਸੇ ਦੀ। ਅੱਛਾ, ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਨੇ, ਥੋੜ੍ਹੇ ਵਲੰਟੀਅਰ ਹੋਰ ਵੀ ਬੈਠੇ ਨੇ, ਕਿੰਨੇ ਕੁ ਬੰਦੇ ਇੱਥੇ ਰੋਜ਼ਾਨਾ ਬੈਠਣਗੇ, ਅਤੇ ਕਿਸੇ ਹੋਰ ਕੋਈ ਹੋਰ ਪਾਰਟੀ ਦਾ ਇੱਥੇ ਕੱਲ੍ਹ ਤੱਕ ਦਿਖਿਆ ਨਹੀਂ ਕੋਈ ਤੰਬੂ, ਕਿ ਸਿਰਫ ਆਮ ਆਦਮੀ ਪਾਰਟੀ ਦਾ ਦਿਖਿਆ? ਸਾਡੇ ਇੱਥੇ ਵਲੰਟੀਅਰ ਦਾ ਅਸੀਂ ਕਿਸੇ ਦੀ 4 ਘੰਟੇ, ਕਿਸੇ ਦੀ 8 ਘੰਟੇ, ਕਿਸੇ 2 ਘੰਟੇ, ਜਿੱਦਾਂ ਜਿੱਦਾਂ ਵਲੰਟੀਅਰ ਆਪਣੇ ਆਈ ਜਾਣਗੇ ਉਹ ਬੈਠੀ ਜਾਣਗੇ, ਅਸੀਂ ਇਸੇ ਕਰਕੇ ਉਹਨਾਂ ਸੇਫਟੀ ਆ, ਠੰਡ ਵੀ ਰਾਤ ਨੂੰ ਵੀ ਜਿਹੜੇ ਬੰਦੇ ਰਹਿਣਗੇ, ਠੰਡ ਹੈ ਸ਼ਾਮ ਨੂੰ ਵੀ, ਤਾਂ ਦਿਨੇ ਧੁੱਪ ਵੀ ਆ, ਅਤੇ ਇਸ ਕਰਕੇ ਅਸੀਂ ਆਪਣਾ ਟੈਂਟ ਲਾਤਾ ਪਹਿਲਾਂ ਇੱਥੇ, ਤਾਂ ਜਿਹੜੀ ਪਾਰਟੀ ਮਰਜ਼ੀ ਆ ਜਾਵੇ, ਬਸ ਅਸੀਂ ਤਾਂ ਬੈਠੇ ਹੀ ਹਾਂ, ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਕਰ ਲੈਣੇ, ਤਾਂ ਆਪਣਾ ਅਲੱਗ ਲੱਗ। ਕਿਉਂਕਿ ਪਿਛਲੀ ਵਾਰ 2017 ਦੇ ਵਿੱਚ ਇਹ ਵੀ ਵੱਡਾ ਇੱਕ ਐਲੀਗੇਸ਼ਨ ਲੱਗਿਆ ਸੀ ਕਿ ਸਰਕਾਰ ਆ ਜਿਹੜੀ ਕਾਂਗਰਸ ਦੀ ਬਣ ਗਈ, ਸਾਡੀ ਈਵੀਐਮ ਦੀ ਰਾਖੀ ਤਾਂ ਕਹਿੰਦੇ ਆਮ ਆਦਮੀ ਪਾਰਟੀ ਕਰਦੀ ਰਹੀ ਆ, ਅਤੇ ਇਸ ਵਾਰ ਵੀ ਕਿਤੇ ਇਸ ਤਰ੍ਹਾਂ ਦਾ ਕੋਈ ਮਾਹੌਲ ਨਾ ਬਣ ਜਾਵੇ। ਇਹ ਆਉਣ ਵਾਲੀ 10 ਤਰੀਕ ਨੂੰ ਪਤਾ ਲੱਗ ਜਾਣਾ ਜੀ ਕੀ ਹੈਗਾ, ਲੇਕਿਨ ਮਾਹੌਲ ਤਾਂ ਬਹੁਤ ਪੂਰਾ ਅੱਛਾ ਬਣਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾ ਰਹੀ ਹੈ, ਅਤੇ ਇਸ ਕਰਕੇ ਅਸੀਂ ਜੋ ਪਾਰਟੀ ਵੱਲੋਂ ਸਾਨੂੰ ਆਦੇਸ਼ ਹੁੰਦੇ ਉੱਤੇ ਅਸੀਂ ਖਰਾ ਉਤਰਦੇ। ਅੱਛਾ, ਇੱਥੇ ਡਿਊਟੀ ਜਿਹੜੇ ਵਲੰਟੀਅਰ ਦੀ ਇੱਥੇ ਡਿਊਟੀ ਲਾਏਗੇ ਉਹ, ਜਾਂ ਕੋਈ ਵੀ ਆ ਕੇ ਜਿਹੜਾ ਬੈਠ ਸਕਦਾ, ਕਿਸ ਤਰ੍ਹਾਂ ਚਾਹ ਪਾਣੀ ਦਾ ਪ੍ਰਬੰਧ ਵੀ, ਕਿਉਂਕਿ ਇੱਥੇ ਸਾਨੂੰ ਕਰਨਾ ਪਊਗਾ, ਹੋਰ ਵੀ ਜਿਹੜੇ ਪ੍ਰਬੰਧ ਕਰਨੇ ਪੈਣੇ, ਕਿਉਂਕਿ ਜਿਹੜਾ ਕੋਈ ਬੈਠੂਗਾ ਡਿਊਟੀ ਦੇ ਉੱਤੇ, ਕਿਉਂਕਿ ਰਾਤ ਦਿਨ ਦੀ, ਕਿਉਂਕਿ ਕੋਈ ਤਾਂ 24 ਘੰਟੇ ਡਿਊਟੀ ਹੋਊਗੀ? ਹਾਂ ਬਿਲਕੁਲ, ਉਹਨਾਂ ਦੇ ਚਾਹ ਪਾਣੀ ਦਾ, ਸਵੇਰ ਦਾ, ਦੁਪਹਿਰ ਦਾ, ਸ਼ਾਮ ਦਾ, ਰਾਤ ਦਾ ਲੰਗਰ ਪਾਣੀ ਦਾ ਪ੍ਰਬੰਧ ਪੂਰਾ ਕੀਤਾ ਗਿਆ। ਜਿੰਨੇ ਸਾਡੇ ਮੈਂਬਰ ਇੱਥੇ ਬਹਿਣਗੇ, 4 ਬੈਠਣ, 10 ਬੈਠਣ, 2 ਬੈਠਣ, ਉਹਨਾਂ ਨੂੰ ਪੂਰਾ ਪ੍ਰੋਪਰ ਲੰਗਰ ਪਾਣੀ ਛਕਾਇਆ ਜਾਊਗਾ। ਅੱਛਾ, ਕਾਂਗਰਸ ਵੀ ਆ, ਅਕਾਲੀ ਦਲ ਵੀ ਆ, ਸੰਯੁਕਤ ਮੋਰਚਾ ਵੀ ਮੈਦਾਨ ਦੇ ਵਿੱਚ ਆ, ਬੇਸ਼ੱਕ ਜੇ ਤੁਸੀਂ ਕਿਸੇ ਨੂੰ ਅਪੀਲ ਕਰਨ ਜਾਓਗੇ ਇੱਥੇ ਆ ਨਾ ਲਾਓ ਟੈਂਟ, ਇਹਦੇ ਵਿੱਚ ਬੈਠ ਜਾਂਦੇ ਆ ਇਕੱਠੇ, ਕੋਈ ਗੱਲ ਨਹੀਂ ਹੈਗੀ ਤਰ੍ਹਾਂ? ਹਾਂ ਬਿਲਕੁਲ, ਅਸੀਂ ਕਹਿ ਵੀ ਸਕਦੇ ਹਾਂ ਅਗਲੇ ਨੂੰ, ਭਾਈ ਤੁਸੀਂ ਆਪਣਾ ਖਰਚਾ ਨਾ ਕਰੋ, ਅਸੀਂ ਤਾਂ ਕਰ ਹੀ ਚੁੱਕੇ ਹਾਂ, ਇੱਥੇ ਬਹਿਣਾ ਸਾਡੇ ਨਾਲ, ਸ਼ੇਅਰ ਕਰ ਲਓ, ਅਗਰ ਉਹ ਕਹਿਣ ਨਹੀਂ ਮੰਨਦੇ ਠੀਕ ਹੈ, ਉਹਨਾਂ ਦੀ ਮਰਜ਼ੀ, ਉਹ ਕਰ ਵੀ ਸਕਦੇ ਆਪਣਾ ਖਰਚਾ। ਕਰਨੀ ਸੀ ਇਹਨਾਂ ਦੀ ਮੀਟਿੰਗ ਸੀ, ਇਲੈਕਸ਼ਨ ਕਮਿਸ਼ਨ ਓਬਜ਼ਰਵਰ ਸੀ ਜਿਹੜਾ, ਉਹਨਾਂ ਨੇ ਬੁਲਾਈ ਸੀ, ਇਸ ਕਰਕੇ ਮੈਂ ਥੋੜ੍ਹਾ ਜਿਹਾ, ਮੇਰੇ ਇਲੈਕਸ਼ਨ ਏਜੰਟ ਵੀ ਅੰਦਰ ਬੈਠੇ ਨੇ, ਪਰ ਮੈਂ ਓਬਜ਼ਰਵਰ ਸਾਹਿਬ ਨੂੰ ਜਿਹੜਾ ਸਾਫ ਸਲਾਫ ਕਰਨ ਆਇਆ ਸੀ, ਇਸ ਕਰਕੇ ਇੱਥੇ ਹਾਜ਼ਰੀ ਦਿੱਤੀ ਆ। ਕੈਂਡੀਡੇਟ ਸਾਰੇ ਜ਼ਰੂਰੀ ਸੀ, ਕੈਂਡੀਡੇਟ ਆਉਣ ਜਾਂ ਨਹੀਂ? ਨਹੀਂ ਨਹੀਂ ਨਹੀਂ, ਕੋਈ ਜ਼ਰੂਰੀ ਨਹੀਂ ਸੀ, ਕੈਂਡੀਡੇਟ ਜਾਂ ਅਥੋਰਾਈਜ਼ਡ ਪਰਸਨ ਕੋਈ ਵੀ, ਉਹਨਾਂ ਦਾ ਜਾਂ ਇਲੈਕਸ਼ਨ ਏਜੰਟ ਆ ਜਿਹੜਾ ਇੱਥੇ
ਆ ਸਕਦਾ ਸੀ ਮੀਟਿੰਗ ਦੇ ਵਿੱਚ, ਕੋਈ ਕੈਂਡੀਡੇਟ ਕੋਈ ਜ਼ਰੂਰੀ ਨਹੀਂ ਸੀ। ਇੰਨੇ ਦਿਨਾਂ ਦੀ ਚੋਣ ਤੋਂ ਬਾਅਦ ਹੀ, ਪ੍ਰਚਾਰ ਤੋਂ ਬਾਅਦ ਅੱਜ ਫਿਰ ਰਿਲੈਕਸ ਮੂਡ ਰਿਹਾ ਅਤੇ ਅੱਜ ਵੀ ਉਵੇਂ ਉੱਠੇ ਹੋ, ਉਸੇ ਤਰ੍ਹਾਂ ਦੀ ਤਿਆਰੀ ਸੀ ਜਾਂ ਕੁਛ ਉੱਦਾਂ ਦਾ ਹੀ ਰਹੇ? ਨਹੀਂ ਸਾਡੇ ਲਈ ਤਾਂ ਸਾਰੇ ਦਿਨ ਆਮ ਹੀ ਸੀ, ਅੱਜ ਵੀ ਆਮ ਦਿਨ, ਕੱਲ੍ਹ ਵੀ ਸੀ ਉੱਦਾਂ ਦਾ ਹੀ। ਇਹ ਵੀ ਕੱਲ੍ਹ ਤੱਕ ਭੱਜ ਦੌੜ ਜ਼ਿਆਦਾ ਸੀ, ਅੱਜ ਫਿਰ ਭੱਜ ਦੌੜ ਇੰਨੀ ਹੈ ਨਹੀਂ ਹੁਣ, ਇਸ ਕਰਕੇ ਆਪਣੇ ਕੰਮਾਂ ਕਾਰਾਂ ਤੋਂ ਮੁੜ ਰਹੇ ਹਾਂ ਅਤੇ ਹੁਣ ਆਪਣੇ ਆਫਿਸ ਜਾ ਰਹੇ ਹਾਂ ਬਿਜ਼ਨਸ ਵਾਲੇ, ਅਤੇ ਉੱਥੇ ਜਾ ਕੇ 15-20 ਦਿਨ ਤੋਂ ਕੰਮ ਕਰ ਨਹੀਂ ਦੇਖਿਆ ਗਿਆ, ਇਸ ਕਰਕੇ ਹੁਣ 2017 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਬੜੇ ਤਰ੍ਹਾਂ ਦੇ ਲਾਏ ਗਏ ਸੀ ਵੀ EVM ਦੇ ਵਿੱਚ ਵੀ ਗੜਬੜੀ ਹੋ ਸਕਦੀ ਆ, ਉਹਨਾਂ ਨੇ ਉੱਥੇ ਜ਼ਿਆਦਾ ਕਈ ਦਿਨ ਮਤਲਬ ਜਿਹੜਾ ਟੈਂਟ ਲਾ ਕੇ ਮਤਲਬ ਉੱਥੇ ਡੇਰੇ ਜਮਾ ਕੇ ਰੱਖੇ ਨੇ, ਇਸ ਵਾਰ ਵੀ ਤੁਹਾਨੂੰ ਇਸ ਤਰ੍ਹਾਂ ਦੀ ਸੰਭਾਵਨਾ ਹੈ ਵੀ ਅੰਦਰ ਕੋਈ ਗੜਬੜੀ ਹੋ ਸਕਦੀ ਹੈ? ਦੇਖੋ ਵੈਸੇ ਇੱਦਾਂ ਦੀ ਲੱਗਦਾ ਤਾਂ ਹੈ ਨਹੀਂ, ਪਰ ਫਿਰ ਵੀ ਸਾਡੀ ਪਾਰਟੀ ਨੇ ਤਾਂ ਫਿਰ ਵੀ ਟੈਂਟ ਆ ਜਿਹੜਾ ਇੱਥੇ ਲਾ ਤਾ ਹੈ, ਅਤੇ ਬੰਦੇ ਵੀ ਸਾਡੇ ਜਿਹੜੇ ਵਰਕਰ ਨੇ ਉਹ ਇੱਥੇ ਰਹਿਣਗੇ ਮੌਜੂਦ। ਉਹ ਇਸ ਪਰ ਵੋਟਿੰਗ ਘੱਟ ਹੋਈ ਆ ਮੋਹਾਲੀ ਸ਼ਹਿਰ, ਇਹ ਮੈਨੂੰ ਆਪ ਨਹੀਂ ਖੁਦ ਸਮਝ ਆ ਰਹੀ ਹੈਗੀ ਵੀ ਇੰਨੀ ਵੋਟਿੰਗ ਜਿਹੜੀ ਘੱਟ ਕਿਉਂ ਹੋਈ ਆ, ਔਰ ਮਤਲਬ ਮੈਨੂੰ ਇਹ ਲੱਗਦਾ ਸੀ ਵੀ ਵੋਟਿੰਗ ਇਸ ਵਾਰੀ ਜ਼ਿਆਦਾ ਹੋਣੀ ਚਾਹੀਦੀ ਸੀ, ਪਰ ਕਿਤੇ ਕਿਤੇ ਅਸੀਂ ਜਿਹੜਾ ਮਹਿਸੂਸ ਕੀਤਾ ਹੈ ਵੀ ਮੋਹਾਲੀ ਦੇ ਵਿੱਚ ਲੋਕ ਨੇ ਜਿਹੜੇ ਬਾਹਰ ਬਹੁਤ ਗਏ ਹੋਏ ਨੇ, ਵੋਟਰ ਨੇ ਜਿਹੜੇ ਨਾ ਜੀ ਬਾਹਰਲੇ ਦੇਸ਼ਾਂ ਦੇ ਵਿੱਚ, ਹਰ ਤੀਜਾ ਘਰ ਚੌਥਾ ਘਰ ਜਿਹੜਾ ਉਹ ਕਲੋਜ਼ ਸੀ, ਬੰਦ ਸੀ, ਅਤੇ ਸ਼ਾਇਦ ਹੋ ਸਕਦਾ ਇਸੇ ਕਰਕੇ ਅਰਬਨ 'ਚ ਘਟੀ ਆ ਰੂਰਲ ਤਾਂ, ਅਰਬਨ 'ਚ ਘਟੇ, ਰੂਰਲ ਤਾਂ ਬਹੁਤ ਹੋਈ ਆ, ਰੂਰਲ ਤਾਂ ਇੱਕ ਪਿੰਡ ਦੇ ਵਿੱਚ ਮੋਹਾਲੀ 'ਚ ਮੇਰਾ ਖਿਆਲ ਆ ਵੀ 90% ਤੱਕ ਵੀ ਗਿਆ, ਅਤੇ ਪਿੰਡਾਂ ਵਿੱਚ ਆਮ 75 ਤੋਂ ਤਾਂ ਉੱਤੇ ਹੀ ਰਹੀ ਹੈ ਜਿਹੜੀ ਵੋਟਿੰਗ ਰਹੀ ਆ, ਲੇਕਿਨ ਸ਼ਹਿਰ ਦੇ ਵਿੱਚ ਪੋਲਿੰਗ ਜਿਹੜੀ ਹੋਈ ਆ, ਵੋਟਿੰਗ ਜਿਹੜੀ ਹੋਈ ਆ ਉਹ ਘੱਟ ਹੋਈ। ਦੇਖੋ ਹੁਣ ਤਾਂ ਮਸ਼ੀਨਾਂ 'ਚ ਬਣਦਾ ਕਿਸਮਤ ਸਭ ਦੀ, ਔਰ ਪਰਾਲੇ ਦੀ ਜਿਹਦੇ 'ਚ ਮਿਹਰ ਹੋਣੀ ਆ ਉਹਦੇ ਉਹਨੂੰ ਇਹ ਵਡਿਆਈ ਆ ਜਿਹੜੀ ਉਹ ਮਿਲਣੀ ਆ। ਆਮ ਆਦਮੀ ਪਾਰਟੀ ਵੱਲੋਂ ਇਹ ਵੀ ਇੱਕ ਵੱਡਾ, ਕਿਉਂਕਿ 2017 ਵਿਧਾਨ ਸਭਾ ਦੇ ਵਿੱਚ ਇੱਕ ਵੱਡੀ ਚੀਜ਼ ਸਾਹਮਣੇ ਆਈ ਸੀ ਕਿ ਉੱਥੇ ਉਸ ਟਾਈਮ ਵੱਡੇ ਪੱਧਰ 'ਤੇ ਜਿਹੜਾ ਖਾਲਸਾ ਪ੍ਰਗਟ ਕੀਤਾ ਗਿਆ ਸੀ ਕਿ EVM ਦੇ ਵਿੱਚ ਜਿਹੜੀ ਆ ਸਰਕਾਰ ਛੇੜਛਾੜ ਕਰ ਸਕਦੀ ਆ, ਸੀਲਾਂ ਟੁੱਟ ਸਕਦੀਆਂ ਨੇ, ਇਸ ਲਈ ਉਸ ਟਾਈਮ ਉਹਨਾਂ ਵੱਲੋਂ ਹਰ ਜਿਹੜਾ ਸਟਰੋਂਗ ਰੂਮ ਦੇ ਬਾਹਰ ਇਸ ਤਰ੍ਹਾਂ ਜਿਹੜੇ ਤੰਬੂ ਲਗਾ ਕੇ ਜਿਹੜਾ ਡੇਰੇ ਲਗਾਏ ਸੀ, ਪੂਰੀ ਰਾਤ ਜਿਹੜੀ ਆ EVM ਦੀ ਰਾਖੀ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਬੈਠਦੇ ਸੀਗੇ, ਪਰ ਜਦੋਂ ਨਤੀਜੇ ਆਏ ਉਹ ਨਤੀਜੇ ਜਿਹੜੇ ਉਲਟ ਆਏ ਨੇ, ਅਤੇ ਸਰਕਾਰ ਆ ਜਿਹੜੀ ਕਾਂਗਰਸ ਪਾਰਟੀ ਦੀ ਬਣੀ ਸੀ ਅਤੇ ਆਮ ਆਦਮੀ ਪਾਰਟੀ ਸਿਰਫ 20 ਸੀਟਾਂ ਤੱਕ ਹੀ ਸੀਮਤ ਰਹਿ ਗਈ ਸੀ, ਪਰ ਫਿਲਹਾਲ ਇਸ ਵਾਰ ਲੋਕਾਂ ਵੱਲੋਂ ਆਪਣਾ ਜਿਹੜਾ ਫੈਸਲਾ ਉਹ ਸੁਣਾ ਦਿੱਤਾ ਗਿਆ, ਉਮੀਦਵਾਰਾਂ ਦੀ ਕਿਸਮਤ ਆ ਉਹ EVM ਦੇ ਵਿੱਚ ਬਣਦਾ ਅਤੇ ਫੈਸਲਾ 10 ਮਾਰਚ ਨੂੰ ਆਉਣਾ। ਪਰ ਜਿਸ ਤਰ੍ਹਾਂ ਮੋਹਾਲੀ ਦੀ ਗੱਲ ਕੀਤੀ ਜਾਵੇ, ਬਹੁਤ ਘੱਟ ਜਿਹੜੀ ਇੱਥੇ ਵੋਟਿੰਗ ਹੋਈ ਆ, ਅਤੇ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਕਿਆਸ ਰਾਈਆਂ ਲਾਈਆਂ ਜਾ ਸਕਦੀਆਂ ਨੇ ਕਿ ਸਰਕਾਰ ਦੇ ਪੱਖ ਦੇ ਵਿੱਚ ਆ ਜਾਂ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਆ ਕਿ ਘੱਟ ਵੋਟ ਹੋਈ ਆ ਜਾਂ ਅਕਾਲੀ ਦਲ ਨੂੰ ਫਾਇਦਾ ਹੋਊਗਾ, ਕਿਉਂਕਿ ਇਸ ਵਾਰ ਚੌਕੋਣੇ ਮੁਕਾਬਲੇ ਸਿੱਧੇ ਸਿੱਧੇ ਸੀਗੇ, ਕਿਉਂਕਿ ਬੇਸ਼ੱਕ 9 ਉਮੀਦਵਾਰ ਇੱਕ ਇੱਕ ਹਲਕੇ 'ਚੋਂ ਸੀਗੇ, 34 ਦੇ ਕਰੀਬ 3 ਹਲਕਿਆਂ ਦੇ ਵਿੱਚ ਗੱਲ ਕੀਤੀ ਜਾਵੇ ਉਮੀਦਵਾਰ ਸੀਗੇ, ਅਤੇ 7 ਲੱਖ ਦੇ ਕਰੀਬ ਜਿਹੜੇ ਵੋਟਰ ਸੀਗੇ, ਪਰ ਜਿਹੜੀ ਵੋਟ ਪੋਲ ਹੋਈ ਆ ਉਹ 5,06,000 ਕੁਛ ਲੋਕਾਂ ਵੱਲੋਂ ਜਿਹੜੀ ਆ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ, ਜੋ ਵੱਡੀ ਚਿੰਤਾ ਦਾ ਵਿਸ਼ਾ, ਚਿੰਤਾ ਦਾ ਵਿਸ਼ਾ ਇਸ ਕਰਕੇ ਵੀ ਆ ਕਿਉਂਕਿ ਲਗਾਤਾਰ ਇਲੈਕਸ਼ਨ ਕਮਿਸ਼ਨ ਹੋਵੇ ਜਾਂ ਜ਼ਿਲ੍ਹਾ ਪੱਧਰ 'ਤੇ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਇਹੀ ਰਹੀਆਂ ਨੇ ਕਿ ਜਾਗਰੂਕਤਾ ਅਭਿਆਨ ਚਲਾਏ ਗਏ ਨੇ, ਵੋਟਰਾਂ ਨੂੰ ਲਗਾਤਾਰ ਅਲੱਗ ਅਲੱਗ ਪ੍ਰੋਗਰਾਮ ਆਯੋਜਿਤ ਕੀਤੇ ਗਏ ਕਿ ਉਹ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ, ਆਪਣੀ ਜ਼ਿੰਮੇਵਾਰੀ ਆ ਇਸ ਲੋਕਤੰਤਰ ਦੇ ਪਰਬ ਦੇ ਵਿੱਚ ਬਖੂਬੀ ਨਿਭਾਉਣ। ਪਰ ਫਿਰ ਵੀ ਕਿਤੇ ਨਾ ਕਿਤੇ, ਕਿਉਂਕਿ ਮੋਹਾਲੀ ਨੂੰ ਸਭ ਤੋਂ ਵੱਧ ਪੜ੍ਹਿਆ ਲਿਖਿਆ ਦਾ ਸ਼ਹਿਰ ਕਿਹਾ ਜਾਂਦਾ, ਅਤੇ ਇਸ ਦੇ ਬਾਵਜੂਦ ਵੋਟਿੰਗ ਘੱਟ ਹੋਣੀ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਜ਼ਰੂਰ ਲੱਗਦਾ ਕਿ ਲੋਕ ਆਪਣੇ ਅਧਿਕਾਰ ਦਾ ਇਸਤੇਮਾਲ ਕਿਉਂ ਨਹੀਂ ਕਰ ਰਹੇ। ਪਰ ਫਿਲਹਾਲ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਆਪਣੇ ਜਿਹੜੇ ਇੱਥੇ ਤੰਬੂ ਗੱਡ ਕੇ ਹੁਣ ਡੇਰੇ ਲਗਾ ਲਏ ਨੇ। ਮੋਹਾਲੀ ਤੋਂ ਗੁਰਦੀਪ ਬੈਨੀਪਾਲ, ਡੇਲੀ ਪੋਸਟ ਪੰਜਾਬੀ।